ਸਭੀ ਭਵਨ ਦੇ ਵਿਹੜੇ ਵਿੱਚ ਮਾਲ ਸਿੰਘ ਰਾਮਪੁਰੀ ਸਨਮਾਨ ਦੇ ਨਾਲ ਸਨਮਾਨ ਹੋਇਆ ਮਨਮੋਹਨ ਬਾਵਾ ਜੀ ਦਾ। ਆਓ ਕੁਝ ਗੱਲਾਂ ਉਹਨਾਂ ਦੇ ਨਾਲ ਕਰਦੇ ਹਾਂ। ਬਾਵਾ ਜੀ ਸਤਿ ਸ਼੍ਰੀ ਅਕਾਲ। ਜ਼ੋਰਦਾਰ ਟਾਈਮਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਤੁਹਾਡਾ ਤੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਨਮਾਨ ਮਾਲ ਸਿੰਘ ਰਾਮਪੁਰੀ। ਪਹਿਲੀ ਕੀ ਫੀਲਿੰਗ ਹੈ ਸਨਮਾਨ ਦੀ? ਪਹਿਲੇ ਤੇ ਸਨਮਾਨ ਤੋਂ ਅੰਦਰ ਵੀ ਜ਼ਿਕਰ ਹੋਇਆ ਵੀ ਬਹੁਤ ਸਾਰੇ ਸਨਮਾਨ ਜਿਹੜੇ ਆ ਬੜੇ ਪਛੜ ਕੇ ਜਿਹੜੇ ਆ ਭਾਰਤੀ ਸਾਹਿਤ ਅਕੈਡਮੀ ਦੇ ਸਨਮਾਨ ਮਿਲਦੇ ਆ, ਤੇ ਉਹਦੇ ਬਾਰੇ ਤੁਸੀਂ ਕੀ ਫੀਲ ਕਰਦੇ ਹੋ? ਮੈਂ ਜੇ ਉਸ ਬਾਰੇ ਨਾ ਹੀ ਕਹਾਂ ਤਾਂ ਕੁਛ ਚੰਗਾ ਰਹਿਣ ਦਿਓ। ਅੱਛਾ, ਸੋ ਇੱਕ ਜ਼ਿਆਦਾ ਜਿਹੜੀ ਗੱਲ ਹੋਈ ਆ ਉਹ ਸਾਹਿਤਕ ਇਤਿਹਾਸਕਾਰੀ ਜਾਂ ਸਾਹਿਤਕ ਜਿਹੜਾ ਗਲਪ ਇਤਿਹਾਸਕਾਰੀ ਦੀ ਗੱਲ ਤੁਹਾਡੇ ਕਰਕੇ ਜ਼ਰੂਰ ਪੰਜਾਬੀ ਸਾਹਿਤ ਦੇ ਵਿੱਚ ਇਹਦਾ ਜ਼ਿਕਰ ਹੋਣਾ ਸ਼ੁਰੂ ਹੋਇਆ, ਅਤੇ ਪਿੱਛੇ ਜੇ ਤੁਸੀਂ ਲੇਖ ਵੀ ਲਿਖਿਆ ਸੀ ਬਕਾਇਦਾ ਇਹਦੇ ਬਾਰੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ, ਜਿਹੜੀ ਸਾਹਿਤਕ ਇਤਿਹਾਸਕ ਗਲਪਕਾਰੀ ਆ ਉਹਦਾ ਅਸਲ 'ਚ ਕੀ ਜਿਹੜੇ ਮਾਪਦੰਡ ਕੀ ਆ, ਮੁੱਢਲਾ ਕੀ ਆ, ਤੁਹਾਨੂੰ ਕੀ ਲੱਗਦਾ? ਇਹ ਡਿਬੇਟ ਇੱਕ ਤਰ੍ਹਾਂ ਸ਼ੁਰੂ ਹੋਈ ਹੋਈ ਆ ਪੰਜਾਬੀ ਸਾਹਿਤ ਦੇ ਵਿੱਚ ਇਸ ਤਰ੍ਹਾਂ, ਅਤੇ ਇਹਦੇ ਬਾਰੇ ਕਿਹੜੇ ਕਿਹੜੇ ਨੁਕਤੇ ਆ ਜਿਹੜੇ ਤੁਸੀਂ ਕਹੋਗੇ ਵੀ ਬਹੁਤ ਗੌਰ ਕਰਨ ਵਾਲੇ ਹੈਗੇ ਆ? ਪਹਿਲੀ ਗੱਲ ਤਾਂ ਇਹ ਕਿ ਮੈਂ ਬੜੇ ਫਖਰ ਨਾਲ ਕਹਿ ਸਕਦਾ ਕਿ ਪੰਜਾਬੀ ਦੇ ਵਿੱਚ ਜਿਹੜੀ ਇਤਿਹਾਸਿਕ ਸਾਹਿਤਕਾਰੀ ਹੈ ਉਹ ਪਹਿਲਾਂ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੀ ਸੀ, ਉਸ ਤੋਂ ਬਾਅਦ ਬਿਲਕੁਲ ਹੀ ਗਾਇਬ ਹੋ ਗਈ, ਵਿਚਕਾਰ ਕਿਤੇ ਕਿਤੇ ਥੋੜ੍ਹਾ ਜਿਹਾ ਆਇਆ, ਅਤੇ ਮੇਰੇ ਸ਼ੁਰੂ ਕਰਨ ਦੇ ਨਾਲ ਉਹ ਇੱਕ ਤਰ੍ਹਾਂ ਦੇ ਨਾਲ ਸ਼ੁਰੂ ਹੋ ਗਈ, ਅਤੇ ਹੋਰ ਵੀ ਕਈ ਲੇਖਕ ਲਿਖਣ ਲੱਗ ਪਏ, ਜਿੱਦਾਂ ਬਲਦੇਵ ਸਿੰਘ ਸਤਨਾਮਾ ਹੈ, ਉਹਨੇ ਵੀ ਬਾਅਦ 'ਚ ਸ਼ੁਰੂ ਕੀਤੀ, ਚਾਹੇ ਉਹ ਬਹੁਤ ਅੱਛਾ ਲਿਖਦਾ ਐਸੀ ਕੋਈ ਗੱਲ ਨਹੀਂ। ਅਤੇ ਇਸ ਜੇ ਬਲਦੇਵ ਸਿੰਘ ਸੜਕਨਾਮਾ ਹੁੰਦਾ ਇੱਥੇ ਬੈਠਾ ਹੋਇਆ ਤਾਂ ਮੈਂ ਉਹਦੇ ਹੱਕ ਦੇ ਵਿੱਚ ਗੱਲ ਕਹਿਣੀ ਸੀਗੀ ਕਿ ਪੰਜਾਬੀ ਸਾਹਿਤਕਾਰੀ ਦੇ ਵਿੱਚ ਜੇ ਤੁਸੀਂ ਸਿੱਖ ਇਤਿਹਾਸ ਬਾਰੇ ਲਿਖੋ ਤਾਂ ਮੈਂ ਇੱਕੋ ਸ਼ੇਰ ਲਿਖਿਆ ਹੈ ਅਤੇ ਉਹ ਮੈਂ ਭੁੱਲ ਗਿਆ, ਇਹਨਾਂ ਦੇ ਸਾਹਮਣੇ ਕਹਿਣਾ ਸੀ, ਉਹਨਾਂ ਨੇ ਲਿਖ ਇੱਕ ਸ਼ੇਰ ਸੀਗਾ, ਇੰਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾ, ਇਕੱਲਾ ਰਹਿ ਜਾਵੇਂ, ਅਤੇ ਮੈਂ ਇੱਕ ਸ਼ੇਰ ਦਿਮਾਗ 'ਚ ਆਇਆ, ਜੋ ਬਣਦੇ ਨੇ ਤੁਸੀਂ ਉਹ ਕਿ ਜਦੋਂ ਕੀ ਸ਼ੇਰ ਸੀਗਾ ਮੇਰਾ, ਜਦੋਂ ਮੈਂ ਕਲਮ ਚੁੱਕੀ ਤਾਂ ਤਲਵਾਰਾਂ ਨਿਕਲ ਆਈਆਂ। ਸੋ ਜੇ ਪੰਜਾਬੀ ਇਤਿਹਾਸਕਾਰੀ ਲਿਖੋ ਤਾਂ ਬੜੀ ਰਿਸਕ ਦੀ ਗੱਲ ਹੈ, ਤੁਸੀਂ ਕੋਈ ਖੁੱਲ੍ਹ ਕੇ ਗੱਲ ਕਰ ਹੀ ਨਹੀਂ ਸਕਦੇ। ਇੱਦਾਂ ਹੀ ਮੁਸਲਮਾਨਾਂ ਦੀ ਇਤਿਹਾਸਕਾਰੀ ਵਿੱਚ ਵੀ ਤੁਸੀਂ ਬਹੁਤ ਹੀ ਖੁੱਲ੍ਹ ਕੇ ਇੱਥੇ ਤਾਂ ਕਰ ਸਕਦੇ ਹਾਂ ਲੇਕਿਨ ਪਾਕਿਸਤਾਨ 'ਚ ਨਹੀਂ ਕਰ ਸਕਦੇ, ਲੇਕਿਨ ਹਿੰਦੂ ਇਤਿਹਾਸਕਾਰੀ ਦੇ ਵਿੱਚ ਚਾਹੇ ਹਿੰਦੂ ਧਰਮ ਦੇ ਵਿੱਚ ਕਾਫੀ ਕਮੀਆਂ ਹਨ, ਅਸੀਂ ਕਹਿ ਸਕਦੇ ਹਾਂ ਜਾਤ ਪਾਤ ਇਹ ਬ੍ਰਾਹਮਣਿਜ਼ਮ ਇਹ ਉਹ, ਲੇਕਿਨ ਇੱਕ ਬਹੁਤ ਵੱਡੀ ਸਿਫਤ ਹੈ ਕਿ ਉਹਨਾਂ ਦੇ ਵਿੱਚ ਹਜ਼ਮ ਕਰਨ ਦੀ ਤਾਕਤ ਬਹੁਤ ਹੈ। ਤੁਸੀਂ ਚਾਹੇ ਰਾਮ ਦੇ ਖਿਲਾਫ਼ ਲਿਖੋ, ਚਾਹੇ ਕ੍ਰਿਸ਼ਨ ਦੇ ਖਿਲਾਫ਼ ਲਿਖੋ, ਚਾਹੇ ਸ਼ਿਵ ਦੇ ਖਿਲਾਫ਼ ਲਿਖੋ, ਕੁਛ ਕਹੋ, ਅਤੇ ਉਹ ਕੋਈ ਐਸਾ ਜਿਹੜਾ ਨਾ ਸਵਾਲ ਪੈਦਾ ਨਹੀਂ ਹੁੰਦਾ, ਸਭ ਹਜ਼ਮ ਹੋ ਜਾਂਦਾ ਜੀ। ਤੁਸੀਂ ਪੰਜਾਬੀ ਇਤਿਹਾਸਕਾਰੀ ਕਿਹਾ ਪਰ ਬਾਕੀ ਬਾਰੇ ਤੁਸੀਂ ਹਿੰਦੂ ਜਾਂ ਮੁਸਲਮਾਨ ਕਰਕੇ ਕਿਹਾ, ਅਤੇ ਮੈਨੂੰ ਲੱਗਦਾ ਵੀ ਸਿੱਖ ਇਤਿਹਾਸਕਾਰੀ ਜ਼ਿਆਦਾ ਸਹੀ ਟਰਮ ਇਹਦੇ ਲਈ ਹੋਏਗੀ, ਸਿੱਖ ਇਤਿਹਾਸਕਾਰੀ ਜ਼ਿਆਦਾ ਰਿਸਕੀ ਹੈ? ਇਹ ਤਾਂ ਮੈਂ ਕਹਿ ਹੀ ਦਿੱਤਾ ਹੈ ਕਿ ਸਿੱਖ ਇਤਿਹਾਸਕਾਰੀ ਵੀ ਓਨੀ ਹੀ ਰਿਸਕੀ ਹੈਗੀ ਹੈ ਜੀ। ਪਰ ਜਿਸ ਤਰ੍ਹਾਂ ਵਿਵਾਦ ਹੋਇਆ ਪਹਿਲਾਂ ਜਦੋਂ ਸੜਕਨਾਮਾ ਹੁਣਾਂ ਨੇ ਨਾਵਲ ਲਿਖਿਆ, ਇੱਕ ਵਿਵਾਦ ਉਦੋਂ ਸ਼ੁਰੂ ਹੋਇਆ, ਫਿਰ ਹੁਣ ਜਦੋਂ ਉਹਨਾਂ ਨੂੰ ਸਨਮਾਨ ਮਿਲਿਆ ਦੁਬਾਰਾ ਇੱਕ ਵਾਰੀ ਫਿਰ ਉਹ ਵਿਵਾਦ ਸ਼ੁਰੂ ਹੋਇਆ, ਤੁਸੀਂ ਮੇਰੇ ਖਿਆਲ 'ਚ ਨਾਵਲ ਪੜ੍ਹ ਲਿਆ ਹੋਏਗਾ, ਅਤੇ ਤੁਸੀਂ ਇਸ ਪੂਰੇ ਵਿਵਾਦ 'ਚ ਨਾਵਲ ਪੜ੍ਹਨ ਤੋਂ ਬਾਅਦ ਤੁਸੀਂ ਕੀ ਤੁਹਾਡਾ ਨੁਕਤਾ ਕੀ? ਉਹਨਾਂ ਨੇ ਜੋ ਲਿਖਿਆ ਉਹ ਇਤਿਹਾਸ ਦੇ ਮੁਤਾਬਿਕ ਬਿਲਕੁਲ ਸੱਚ ਲਿਖਿਆ, ਅਤੇ ਉਹ ਜਿਹੜਾ ਇਤਿਹਾਸ ਉਹਨਾਂ ਨੇ ਪੜ੍ਹੇ ਜਿਨ੍ਹਾਂ ਨੇ ਉਹ ਸਾਰੀਆਂ ਕਿਤਾਬਾਂ ਮੈਂ ਵੀ ਪੜ੍ਹੀਆਂ ਹੋਈਆਂ, ਅਤੇ ਉਹ ਕਿਤਾਬਾਂ ਜਿਹੜੀਆਂ ਨੇ ਹਰੀ ਰਾਮ ਗੁਪਤਾ ਦੀਆਂ, ਉਹਨਾਂ ਨੇ 6 ਵਾਲੀਅਮ ਦੇ ਵਿੱਚ ਇਤਿਹਾਸ ਲਿਖਿਆ ਸਿੱਖਾਂ ਦਾ, ਉਹਦੇ ਵਿੱਚ ਉਹ ਸਭ ਕੁਝ ਲਿਖਿਆ ਹੋਇਆ ਜੀ। ਉਹਨਾਂ ਦੇ ਖਿਲਾਫ਼ ਤਾਂ ਕੁਛ ਨਹੀਂ ਬੋਲੇ ਅਕਾਲੀ, ਉਹਦੇ ਇਹ ਬਲਦੇਵ ਸਿੰਘ ਦੇ ਖਿਲਾਫ਼ ਉਹਨਾਂ ਨੇ ਆਪਣੀ ਜਦੋਜਹਿਦ ਸ਼ੁਰੂ ਕਰ ਦਿੱਤੀ। ਹਾਂ, ਅਤੇ ਜੋ ਉਸ ਪੂਰੇ ਮਾਹੌਲ ਦੇ ਵਿੱਚ ਜਿਸ ਤਰ੍ਹਾਂ ਪੂਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਗਿਆ ਦੋਨੇ ਧਿਰਾਂ ਵੱਲੋਂ, ਬਲਦੇਵ ਹੁਣਾਂ ਨੇ ਵੀ ਬਹੁਤ ਟਾਈਮ ਲਗਾਇਆ ਇਸ ਗੱਲ ਦਾ ਜਵਾਬ ਦੇਣ ਦੇ ਉੱਤੇ, ਅਤੇ ਧਿਰਾਂ ਵੀ ਫਿਰ ਮੌਕਾ ਮਿਲ ਜਾਂਦਾ ਉਹਨਾਂ ਨੂੰ ਆਪਣੀ ਗਰਮੀ ਦਿਖਾਉਣ ਦਾ, ਅਤੇ ਉਹ ਤੁਹਾਨੂੰ ਕੀ ਲੱਗਦਾ ਇਹੋ ਜਿਹੇ ਮਾਹੌਲ 'ਚ ਜਿਹੜਾ ਸਾਹਿਤਕਾਰ ਆ ਜਿਹਨੇ ਮੂਲ ਰਚਨਾ ਕੀਤੀ ਆ ਉਸ ਗਲਪ ਇਤਿਹਾਸ ਨੂੰ ਲੈ ਕੇ ਆਉਂਦਾ, ਉਹਦੀ ਕੀ ਜ਼ਿੰਮੇਵਾਰੀ ਹੁੰਦੀ ਆ?
ਉਹਦੀ ਜ਼ਿੰਮੇਵਾਰੀ ਤਾਂ ਇਹੀ ਹੈ ਕਿ ਉਹ ਆਪਣੇ ਜੋ ਉਹਨੇ ਲਿਖਿਆ ਅਤੇ ਉਸਦਾ ਪੂਰਾ ਜਿਹੜਾ ਉਹ ਕਬੂਲ ਕਰੇ ਵੀ ਮੈਂ ਕਿੱਥੋਂ ਕਿੱਥੋਂ ਲਿਆ ਅਤੇ ਕੀ ਲਿਖਿਆ ਅਤੇ ਇਤਿਹਾਸਕਾਰੀ ਦੀ ਚੋਣ ਹੁੰਦੀ ਹੈ ਕਿ ਉਹ ਕੁਛ ਵੀ ਚੁਣੇ ਹੈਂ ਵੈਸੇ ਤਾਂ ਅੱਛਾ ਹੈ ਕਿ ਉਹ ਇੱਕ ਤਰ੍ਹਾਂ ਦਾ ਬੈਲੈਂਸ ਰੱਖੇ ਹੈ ਮੈਂ ਉਹਨਾਂ ਇਸ ਬਾਰੇ ਨਹੀਂ ਕਹਿ ਸਕਦਾ ਕਿ ਬਲਦੇਵ ਸਿੰਘ ਦੀ ਉੱਦਾਂ ਕਿ ਉਹਦੇ ਵਿੱਚ ਕਿਸੇ ਦੀਆਂ ਤੁਸੀਂ ਬੁਰਾਈਆਂ ਕਰਨੀਆਂ ਅਤੇ ਅੱਛਾਈਆਂ ਵੀ ਕਰੋ ਹੈਂ ਗੁਣਾਤਮਕ ਚੀਜ਼ਾਂ ਵੀ ਦੱਸੋ ਜਿੱਦਾਂ ਮਿਸਾਲ ਦੇ ਤੌਰ ਦੇ ਉੱਤੇ ਕਿ ਮੈਂ ਕਾਲ ਕਥਾ ਲਿਖੀ ਕਿਤਾਬ ਨਾਵਲ ਹੁਣ ਸਭ ਤੋਂ ਭੈੜਾ ਜਿਹੜਾ ਪਾਤਰ ਹੈ ਮੁਸਲਮਾਨਾਂ ਦੇ ਵਿੱਚ ਉਹ ਮਹਿਮੂਦ ਗਜ਼ਨ ਵੀ ਹੈ ਅਤੇ ਜਦੋਂ ਮੈਂ ਲਿਖਣ ਲੱਗਾ ਕਿ ਮੈਂ ਇਹ ਸੋਚਿਆ ਕਿ ਮਹਿਮੂਦ ਗਜ਼ਨਵੀ ਬਾਰੇ ਵੀ ਓਨਾ ਹੀ ਪੜ੍ਹਾਂ ਜਿੰਨਾ ਬਾਕੀਆਂ ਬਾਰੇ ਆ ਉਹਦੀਆਂ ਜੋ ਚੰਗਿਆਈਆਂ ਉਹ ਵੀ ਅਤੇ ਉਹਦੇ ਵਿੱਚ ਮੈਨੂੰ ਬਹੁਤ ਚੰਗਿਆਈਆਂ ਲੱਗੀਆਂ ਅਤੇ ਉਹ ਸਾਰੀਆਂ ਮੈਂ ਲਿਖੀਆਂ ਤੁਸੀਂ ਸ਼ਾਇਦ ਨਹੀਂ ਪੜ੍ਹੀਆਂ ਹੋਣੀਆਂ ਮੈਂ ਨਹੀਂ ਪੜ੍ਹ ਸਕਿਆ ਅੱਛਾ ਚਲੋ ਮੈਂ ਦੱਸਾਂ ਹਾਂ ਕਿ ਉਹਦਾ ਅਸੂਲ ਸੀ ਉਹਨੂੰ ਲੁੱਟਮਾਰ ਕਰਨਾ ਉਹਦੀ ਮਜਬੂਰੀ ਸੀ ਕਿਉਂਕਿ ਉਹ ਲੜਾਈਆਂ ਲੜਦਾ ਸੀਗਾ ਕਜ਼ਾਕਿਸਤਾਨ ਅਤੇ ਤੁਰਕਿਸਤਾਨ ਵਾਲਿਆਂ ਦੇ ਨਾਲ ਹੈਂ ਇਹ ਲੁੱਟਮਾਰ ਕਰਕੇ ਅਤੇ ਕਰਦਾ ਸੀ ਮੰਦਰ ਮੁੰਦਰ ਤੋੜਦਾ ਸੀ ਉਹ ਦੂਸਰਾ ਸਵਾਲ ਹੈ ਲੇਕਿਨ ਉਹਦੇ ਆਪਣੇ ਅਫਗਾਨਿਸਤਾਨ ਦੇ ਵਿੱਚ ਮੰਦਰ ਵੀ ਸੀ ਅਤੇ ਉਹਦੇ ਜਰਨੈਲ ਵੀ ਦੋ ਹਿੰਦੂ ਸੀ ਕ੍ਰਿਸਚਨ ਵੀ ਸੀ ਜਿਊ ਵੀ ਸੀਗੇ ਅਤੇ ਉਹਨਾਂ ਨੂੰ ਸਾਰੀ ਆਜ਼ਾਦੀ ਸੀਗੀ ਆਪਣੇ ਮਜ਼ਹਬ ਨੂੰ ਪ੍ਰਕਾਰ ਕਰਨ ਦੀ ਉਹ ਕਹਿੰਦਾ ਸੀ ਕਿ ਮੈਂ ਬਾਦਸ਼ਾਹ ਅਤੇ ਇਹ ਮੇਰੀ ਪ੍ਰਜਾ ਹੈ ਅਤੇ ਪ੍ਰਜਾ ਦੀ ਹਰ ਸਹੂਲਤ ਦਾ ਖਿਆਲ ਰੱਖਣਾ ਮੇਰਾ ਫਰਜ਼ ਹੈ ਇੱਥੋਂ ਮਤਲਬ ਇਹ ਗੱਲ ਕਹਿਣੀ ਚਾਹੁੰਦੇ ਹੋ ਤੁਸੀਂ ਵੀ ਜਿਹੜਾ ਕਿਤੇ ਨਾ ਕਿਤੇ ਬਲਦੇਵ ਸਿੰਘ ਨਾ ਹੁਣਾਂ ਦਾ ਨਾਵਲ ਉਹ ਕਿਤੇ ਨਾ ਕਿਤੇ ਬੈਲੈਂਸ ਦੇ ਮਾਮਲੇ 'ਚ ਥਿੜਕਿਆ ਹੋ ਸਕਦਾ ਹੋ ਸਕਦਾ ਮੈਂ ਇੱਕਦਮ ਪੂਰਾ ਨਹੀਂ ਪੜ੍ਹ ਸਕਿਆ ਵਿੱਚ ਵਿੱਚ ਪੜ੍ਹਿਆ ਮੈਨੂੰ ਠੀਕ ਲੱਗਿਆ ਕਿ ਜੋ ਹਿਸਟੋਰੀਕਲ ਫੈਕਟ ਦਿੱਤੇ ਨੇ ਉਹ ਠੀਕ ਨੇ ਪਰ ਜਿਹੜਾ ਉਹ ਇੱਕ ਬੈਲੈਂਸ ਦੀ ਆ ਉਹਦੇ ਉੱਤੇ ਸਵਾਲ ਹੋ ਸਕਦੇ ਨੇ ਹਾਂ ਉਹ ਸਵਾਲ ਹੋ ਸਕਦੇ ਆ ਅਤੇ ਉਹ ਤਾਂ ਸਵਾਲ ਮੈਂ ਯੁਗੰਤ ਹੈ ਉਹਦੇ ਬਾਰੇ ਵੀ ਹੋ ਸਕਦੇ ਆ ਪਰ ਉਹਦੇ ਵਿੱਚ ਮੈਂ ਥੋੜ੍ਹਾ ਬੈਲੈਂਸ ਰੱਖਣ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਆਪਣੇ ਯੁਗੰਤ ਦੀ ਗੱਲ ਕੀਤੀ ਹੈ ਮੈਂ ਤੁਹਾਡੇ ਸਮੁੱਚੇ ਜਿਹੇ ਸਾਹਿਤ ਦੀ ਗੱਲ ਕਰਾਂ ਤੁਸੀਂ ਬਹੁਤ ਜਿਹੜੇ ਆਪਣੇ ਬਾਬਾ ਬੰਦਾ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਲਿਖਿਆ ਅਤੇ ਬਾਬਾ ਬਘੇਲ ਸਿੰਘ ਬਾਰੇ ਵੀ ਲਿਖਿਆ ਤੁਹਾਡੇ ਨਾਲ ਤੁਹਾਨੂੰ ਕਦੀ ਇੱਦਾਂ ਦੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਜਿਹੜੇ ਕਿ ਬਹੁਤ ਜ਼ਿਆਦਾ ਉੱਭਰ ਕੇ ਨਾ ਸਾਹਮਣਾ ਹੁਣ ਕਿਉਂਕਿ ਉਦੋਂ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ ਪਰ ਕੀ ਤੁਹਾਨੂੰ ਇੱਦਾਂ ਦੇ ਕੋਈ ਸਵਾਲਾਂ ਦੇ ਜਵਾਬ ਦੇਣੇ ਪਏ ਆ ਨਹੀਂ ਐਸਾ ਮੌਕਾ ਨਹੀਂ ਆਇਆ ਕਿਉਂਕਿ ਹੋ ਸਕਦਾ ਹੈ ਕਿ ਮੈਂ ਉਹਨਾਂ ਨੂੰ ਮੌਕਾ ਹੀ ਨਾ ਦਿੱਤਾ ਹੋਵੇ ਕਿਉਂਕਿ ਮੈਂ ਰਹਿੰਦਾ ਹੀ ਬਿਲਕੁਲ ਸ਼ਡਿਊਲ ਜਗ੍ਹਾ ਕੋਈ ਡਲਾਜ਼ੇ ਵਿੱਚ ਆ ਕੇ ਅਤੇ ਗੱਲ ਕਰੇਗਾ ਕਿ ਨਹੀਂ ਕਰੇਗਾ ਅਤੇ ਲਿਖਤੀ ਤੌਰ 'ਤੇ ਵੀ ਕਦੀ ਕਿਸੇ ਸਾਹਿਤਕ ਮਾਧਿਅਮ ਰਾਹੀਂ ਵੀ ਕਦੀ ਇੱਦਾਂ ਦੇ ਕੋਈ ਲਿਖਤੀ ਤੌਰ ਦੇ ਉੱਤੇ ਉਹ ਸਿਰਫ ਰਣਜੀਤ ਸਿੰਘ ਦੇ ਜਿਹੜਾ ਮੈਂ ਲਿਖਿਆ ਸੀ ਰੂਪ ਕੌਰ ਉਹਦੀ ਕੁੜੀ ਔਰਤ ਬਣਾ ਦਿੱਤਾ ਅਤੇ ਆਪਣੇ ਬੜੇ ਇੱਜ਼ਤਦਾਰ ਜਿਹਦਾ ਮੈਂ ਬਹੁਤ ਇੱਜ਼ਤ ਕਰਦਾ ਹਰਪਾਲ ਸਿੰਘ ਪੁੰਨੂ ਉਹਨਾਂ ਨੇ ਲਿਖਿਆ ਕਿ ਇਹ ਮੈਂ ਐਵੇਂ ਲਿਖਤਾ ਬਿਲਕੁਲ ਗਲਤ ਸੀਗਾ ਗੱਲ ਕੁਛ ਹੋਰ ਨਾਲ ਕਰਦਿਆਂ ਕਰਦਿਆਂ ਇਹ ਵੀ ਮੇਰੀ ਗੱਲ ਲਿਖੀ ਅਤੇ ਉਹਦਾ ਜਵਾਬ ਇਹੀ ਹੈ ਕਿ ਇਤਿਹਾਸਕਾਰ ਕੁਛ ਆਪਣੇ ਕਲਪਨਾ ਨਾਲ ਵੀ ਕਰੈਕਟਰ ਕੱਟਦਾ ਹੈ ਇਤਿਹਾਸਕਾਰ ਕਰਦਾ ਜਾਂ ਗਲਪਕਾਰ ਜਿਹੜਾ ਇਤਿਹਾਸ ਨਾ ਇਤਿਹਾਸਕਾਰ ਸੋਰੀ ਹਾਂ ਕੱਲ ਗਲਪਕਾਰ ਕਰ ਸਕਦਾ ਕਿਉਂਕਿ ਉਹ ਸਿਰਫ ਇਤਿਹਾਸ ਨਹੀਂ ਲਿਖ ਰਿਹਾ ਉਹ ਨਾਵਲ ਲਿਖ ਰਿਹਾ ਹੈ ਲੇਕਿਨ ਬਾਅਦ ਦੇ ਵਿੱਚ ਜਿੱਦਾਂ ਮੈਂ ਤੁਸੀਂ ਸੁਣਿਆ ਮੇਰੀ ਗੱਲ ਹੈ ਕਿ ਉਹਦੀ ਸੱਚਮੁੱਚ ਹੀ ਉਸਦੀ ਪੁੱਤਰੀ ਹੋਈ ਸੀਗੀ ਜਿਹਦਾ ਨਾਮ ਮੁਬਾਰਕ ਬੇਗਮ ਸੀ ਅਤੇ ਤੁਸੀਂ ਜ਼ਿਕਰ ਕੀਤਾ ਅੱਜ ਤੁਹਾਡੇ ਦੋ ਕਿਤਾਬਾਂ ਦਾ ਤੁਸੀਂ ਜਿਹੜੀਆਂ ਨਵੀਆਂ ਇੱਕ ਤਾਂ ਆ ਗਈ ਅੱਜ ਉਹਦਾ ਜ਼ਿਕਰ ਕੀਤਾ ਇੱਕ ਆਉਣ ਵਾਲੀ ਉਹਨਾਂ ਬਾਰੇ ਥੋੜ੍ਹਾ ਥੋੜ੍ਹਾ ਦੱਸ ਦਿਓ ਉਹਦਾ ਇਸ ਤਰ੍ਹਾਂ ਉਹਦਾ ਨਾਮ ਹੈ ਮੈਨੂੰ ਪ੍ਰਕਿਰਤੀ ਦੇ ਨਾਲ ਬੜਾ ਪਿਆਰ ਹੈ ਜਿੱਦਾਂ ਆਦਿਵਾਸੀਆਂ ਦੇ ਨਾਲ ਹੈ ਜਾਂ ਹੋਰ ਚੀਜ਼ਾਂ ਦੇ ਨਾਲ ਹੈ ਇਹਦਾ ਪ੍ਰਕਿਰਤੀ ਨਾਲ ਪਿਆਰ ਹੈ ਅਤੇ ਮੈਨੂੰ ਕਈਆਂ ਲੋਕਾਂ ਨੇ ਕਿਹਾ ਵੀ ਤੁਸੀਂ ਇਹਦੇ ਬਾਰੇ ਕੁਛ ਲਿਖੋ ਪਹਾੜਾਂ ਬਾਰੇ ਦਰਿਆਵਾਂ ਬਾਰੇ ਹਿਮਾਲਿਆ ਬਾਰੇ ਅਤੇ ਉਹ ਮੈਂ ਆਪਣੇ ਪੂਰੇ ਤਜਰਬੇ ਨੂੰ ਪੂਰੇ ਐਕਸਪੀਰੀਅੰਸ ਨੂੰ ਮਿਲਾ ਕੇ ਅਤੇ ਉਹ ਇੱਕ ਕਿਤਾਬ ਮੈਂ ਲਿਖੀ ਹੈ ਇੱਕ ਨਾਵਲ ਤੁਹਾਡਾ ਅੱਜ ਰਿਲੀਜ਼ ਵੀ ਹੋਇਆ ਇੱਕ ਅੱਜ ਹੋਇਆ ਅਤੇ ਇੱਕ ਦੇ ਕੇ ਆਇਆ ਜੀ ਜਿਹੜਾ ਅੱਜ ਰਿਲੀਜ਼ ਹੋਇਆ ਥੋੜ੍ਹਾ ਉਹਦਾ ਨਾਂ ਅਤੇ ਉਹਦੇ ਬਾਰੇ ਥੋੜ੍ਹਾ ਜਿਹਾ ਉਹ ਤੁਸੀਂ ਸ਼ਾਇਦ ਸੁਣਿਆ ਸਾਦਿਕ ਸੁਲਤਾਨ ਮੁਹੰਮਦ ਸ਼ੇਰ ਸ਼ਾਹ ਸੂਰੀ ਅਤੇ ਉਹ ਸਭ ਤੋਂ ਜਿਹੜਾ ਕਹਿ ਸਕਦੇ ਹਾਂ ਕਿ ਪਬਲਿਕ ਦੇ ਲਈ ਕੰਮ ਕਰਨ ਵਾਲਾ ਬਾਦਸ਼ਾਹ ਸੀ ਅਤੇ
ਉਹਨੇ ਜਿੰਨੇ ਕੰਮ ਕੀਤੇ ਹਿੰਦੁਸਤਾਨ ਦੇ ਪਬਲਿਕ ਦੇ ਲਈ, ਉਹਨਾਂ ਦੇ ਵਿੱਚੋਂ 10% ਵੀ ਨਹੀਂ ਕੋਈ ਬਾਦਸ਼ਾਹ ਕਰ ਸਕਿਆ। ਯਾਨੀ ਕਿ ਇੱਕ ਬਾਦਸ਼ਾਹ ਦੇ ਚੰਗੇ ਰੂਪ ਨੂੰ, ਜਿਹੜਾ ਲੋਕ ਪੱਖੀ ਰੂਪ, ਉਹਨੂੰ ਤੁਸੀਂ ਲੈ ਕੇ ਆਏ ਹੋ। ਅਤੇ ਆਖਰੀ ਮੈਂ ਇੱਥੇ ਗੱਲ ਖਤਮ ਕਰਾਂਗਾ ਕਿ ਵਿਵਾਦ, ਤੁਸੀਂ ਗੱਲ ਕੀਤੀ ਕਿ ਤੁਹਾਡੇ ਬਾਰੇ ਅੱਜ ਕੱਲ੍ਹ ਅੱਜ ਤੱਕ ਤਾਂ ਉਸ ਤਰ੍ਹਾਂ ਦੇ ਸਵਾਲ ਨਹੀਂ ਆਏ, ਠੀਕ ਹੈ, ਇੱਕ ਸਵਾਲ ਦਾ ਤੁਸੀਂ ਜ਼ਿਕਰ ਕੀਤਾ, ਪਰ ਜੇ ਹੁਣ ਕਿਉਂਕਿ ਜਿਹੜੀਆਂ ਕਿਤਾਬਾਂ ਨੇ ਉਹ ਤਾਂ ਕਈ ਵਾਰ 100-100 ਸਾਲ ਬਾਅਦ ਵੀ ਉਹਨਾਂ 'ਚੋਂ ਸਵਾਲ ਬਾਅਦ 'ਚ ਨਿਕਲਦੇ, ਆਪਾਂ ਆਪਣੇ ਤੋਂ ਪਹਿਲਾਂ ਲਿਖੀਆਂ ਹੋਈਆਂ ਕਿਤਾਬਾਂ ਬਾਰੇ ਅੱਜ ਸਵਾਲ ਕਰਦੇ ਹਾਂ, ਜੇ ਕੱਲ੍ਹ ਨੂੰ ਕੋਈ ਇਸ ਤਰ੍ਹਾਂ ਸਵਾਲ ਆਉਂਦਾ ਤਾਂ ਤੁਸੀਂ ਉਸਨੂੰ ਕਿਸ ਤਰ੍ਹਾਂ ਲਓਗੇ ਅਤੇ ਉਹਦਾ ਕਿਸ ਤਰ੍ਹਾਂ ਤੁਸੀਂ ਜਿਹੜਾ ਦਿਓਗੇ ਜਵਾਬ? ਮੈਂ ਕੱਲ੍ਹ ਨੂੰ ਹੋਵਾਂਗਾ ਹੀ ਨਹੀਂ, ਕੱਲ੍ਹ ਨੂੰ ਫਿਰ ਤੁਸੀਂ ਜਵਾਬ ਦਿਓਗੇ ਜਾਂ ਇਹ ਜਵਾਬ ਦੇਣਗੇ ਜਿਹੜੇ ਰਹਿ ਗਏ ਨੇ? ਜੇ ਤੁਹਾਡੇ ਹੁੰਦੇ ਆਜਵੇ, ਹਜੇ ਵੀ ਸਮਾਂ ਹੈਗਾ, ਦੇਖੋ ਮੌਕੇ ਦੇ ਮੁਤਾਬਿਕ ਹੈ। ਹੋ ਸਕਦਾ ਹੈ ਕਿਸੇ ਵੇਲੇ ਮੈਂ ਗਲਤੀ ਕਰ ਗਿਆ ਹੋਵਾਂ ਜੀ, ਜੇ ਮੈਂ ਸੋਚਾਂ ਕਿ ਮੈਂ ਗਲਤੀ ਕਰ ਗਿਆ ਅਤੇ ਮੈਂ ਉਹਨੂੰ ਕਹਾਂਗਾ ਕਿ ਸਰ ਮੈਂ ਮਾਫ਼ੀ ਚਾਹੁੰਦਾ ਕਿ ਮੇਰੇ ਕੋਲ ਗਲਤੀ ਹੋ ਗਈ, ਅਤੇ ਜੇ ਮੈਂ ਠੀਕ ਹੈ ਤਾਂ ਮੈਂ ਆਰਗੂਮੈਂਟ ਕਰਾਂਗਾ ਕਿ ਮੇਰੀ ਇਹ ਹੈਗਾ ਪੱਖ ਹੈ। ਅਤੇ ਇਹ ਮਨਮੋਹਨ ਬਾਵਾ ਜੀ ਦਾ ਜਿਹੜਾ ਮੈਸੇਜ ਹੈ ਅਖੀਰ ਦੇ ਉੱਤੇ ਕਿ ਮੈਂ ਜਾਂ ਤਾਂ ਮਾਫ਼ੀ ਮੰਗਾਂਗਾ ਅਤੇ ਜਾਂ ਆਪਣੀ ਗੱਲ ਆਪਣੇ ਤਰੀਕੇ ਦੇ ਨਾਲ ਕਰਾਂਗਾ, ਇਹ ਮੇਰੇ ਖਿਆਲ 'ਚ ਅੱਜ ਦੀ ਚਰਚਾ ਦਾ ਸਭ ਤੋਂ ਮਹੱਤਵਪੂਰਨ ਜਿਹੜਾ ਮੈਸੇਜ ਆ। ਇਸ ਦੇ ਨਾਲ ਅੱਜ ਦੀ ਆਪਾਂ ਚਰਚਾ ਇੱਥੇ ਖਤਮ ਕਰਦੇ ਹਾਂ। ਧੰਨਵਾਦ।